ਸਤਿ ਸ਼੍ਰੀ ਅਕਾਲ ਜੀ। ਇੱਕ ਚੀਜ਼ ਲੋਕਾਂ ਦੇ ਦਿਮਾਗ 'ਚ ਜਦੋਂ ਵੜ ਜੇ ਉਹਨੂੰ ਕੱਢਣਾ ਕਿੰਨਾ ਕੁ ਔਖਾ, ਇਹਦਾ ਇੱਕ ਸਬੂਤ ਮੈਨੂੰ ਰੀਸੈਂਟਲੀ ਮਿਲਿਆ। ਪਿਛਲੀ ਵੀਡੀਓ ਦੇ ਵਿੱਚ PT ਦੇ ਉੱਤੇ ਵੀਜ਼ਾ ਦਿਖਾਇਆ, ਲੋਕਾਂ ਦੇ ਕਮੈਂਟਸ ਆਉਣੇ ਸ਼ੁਰੂ ਹੋ ਗਏ, ਫੋਨ ਕਾਲਸ ਆਉਣੇ ਸ਼ੁਰੂ ਹੋ ਗਏ, ਵਿੱਚੋਂ ਕਾਫੀ ਜ਼ਿਆਦਾ ਸਟੂਡੈਂਟਸ ਦੇ ਹਜੇ ਵੀ ਕੁਐਸਚਨ ਕੀ ਹੈ ਕਿ ਸਰ ਇਹ ਤਾਂ 2019 ਪਾਸ ਆਊਟ ਸੀ ਅਤੇ ਇਹਦਾ ਤਾਂ ਵੀਜ਼ਾ ਲੱਗ ਹੀ ਜਾਣਾ ਸੀ, ਚਾਹੇ ਇਹ PT ਕਰ ਲੈਂਦਾ ਚਾਹੇ ਆਇਲਸ ਕਰ ਲੈਂਦਾ। ਸੋ ਮਤਲਬ ਰਾਦਰ ਦੈਨ ਉਸ ਫੇਅਰ ਨੂੰ ਐਡਰੈਸ ਕਰਨ ਦੇ ਕਿ PT ਦੇ ਉੱਤੇ ਵੀਜ਼ਾ ਲੱਗਦਾ, ਸਵਾਲ ਇਹ ਹੋ ਗਿਆ ਕਿ 2019 ਵਾਲਾ ਤਾਂ PT 'ਤੇ ਵੀ ਜਾ ਸਕਦਾ ਅਤੇ ਟੋਫਲ 'ਤੇ ਵੀ ਜਾ ਸਕਦਾ। ਸੋ ਅਲਟੀਮੇਟਲੀ ਕੇਸ ਸਟੱਡੀ ਉਹ ਫੜੀ ਅਸ਼ਵਿੰਦਰ ਸਿੰਘ। ਸੋ PT ਸਕੋਰ ਤੁਹਾਡੇ ਸਾਹਮਣੇ ਆ, ਪਹਿਲਾਂ ਤਾਂ ਲਿਸਨਿੰਗ ਦੇ ਵਿੱਚ 50, ਸੋ ਇੱਕ 'ਚ 5.5 ਕਹਿ ਸਕਦੇ ਹੋ, ਉਹਦੇ ਇਕੁਇਵਲੈਂਟ ਹੈ। 2015 ਦੇ ਵਿੱਚ +2 ਕੀਤੀ, 13 'ਚ 10th, 15 'ਚ +2 ਕੀਤੀ, ਡਾਕੂਮੈਂਟ ਤੁਹਾਡੇ ਸਾਹਮਣੇ ਨੇ। ਉਸ ਤੋਂ ਬਾਅਦ ਵੀਜ਼ਾ ਗ੍ਰਾਂਟ ਹੋਇਆ, ਵੀਜ਼ਾ ਤੁਹਾਡੇ ਸਾਹਮਣੇ। ਸੋ ਉਹ ਕੁਐਸਚਨ ਕਿ 2019 ਵਾਲੇ ਦਾ ਤਾਂ PT ਅਤੇ ਟੋਫਲ ਅਤੇ ਆਇਲਸ ਕਰਕੇ ਵੀ ਵੀਜ਼ਾ ਲੱਗ ਜਾਂਦਾ, 2016 ਵਾਲੇ ਦਾ ਨਹੀਂ ਲੱਗਣਾ, ਜੇ 17 ਦਾ ਨਹੀਂ ਲੱਗਣਾ, ਜੇ 18 ਵਾਲੇ ਦਾ ਨਹੀਂ ਲੱਗਣਾ। ਅਲਟੀਮੇਟਲੀ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੁੰਦਾ, ਇਟ ਇਜ਼ ਗ੍ਰਾਂਟਿਡ ਔਨ ਅ ਮਿਕਸਚਰ ਆਫ ਲੋਟ ਆਫ ਥਿੰਗਸ, ਤੁਹਾਡੇ ਨੰਬਰ, ਅਕੈਡਮਿਕ ਪਾਸਿੰਗ ਈਅਰ, ਆਇਲਟਸ ਦਾ, PTE ਦਾ ਸਕੋਰ, ਜਿਹਨੂੰ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਕਰਨ ਲਈ ਉਹ ਪੇਪਰ ਤੁਸੀਂ ਦਿੰਦੇ ਹੋ, ਨਾ ਕਿ ਇਹ ਦੱਸਣ ਲਈ ਕਿ ਤੁਸੀਂ ਪੜ੍ਹਾਈ 'ਚ ਕਿੱਦਾਂ ਦੇ ਹੋ, ਨਾ ਕਿ ਇਹ ਦੱਸਣ ਲਈ ਕਿ ਕੀ ਐਜੂਕੇਸ਼ਨ ਗੈਪ ਹੈਗਾ ਕਿ ਨਹੀਂ ਹੈਗਾ, ਨਾ ਕਿ ਇਹ ਦੱਸਣ ਲਈ ਕਿ ਕਿਹੜੇ ਕੋਰਸ ਜਾਂ ਕਿਹੜੇ ਕਾਲਜ ਤੁਸੀਂ ਜਾ ਰਹੇ ਹੋ। ਸੋ ਅਲਟੀਮੇਟਲੀ ਆਇਲਟਸ ਅਤੇ PT ਦਾ ਰੋਲ ਸਿਰਫ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ, ਉਹ ਤੁਸੀਂ PT ਨੂੰ ਐਕਸੈਪਟ ਕਰਾ ਸਕਦੇ ਹੋ, ਉਹ ਤੁਸੀਂ ਟੋਫਲ ਦੇ ਉੱਤੇ ਵੀ ਐਕਸੈਪਟੇਬਿਲਟੀ ਹੈਗੀ ਹੈ। ਅਲੱਗ ਅਲੱਗ ਕਾਲਜਸ ਦੇ ਆਪਣੇ ਇੰਗਲਿਸ਼ ਦੇ ਟੈਸਟ ਵੀ ਨੇ, ਵੰਡਰਲਿਕ ਟੈਸਟ ਹੈ, ਹੋਰ ਇੰਗਲਿਸ਼ ਦੇ ਕਾਫੀ ਟੈਸਟ ਨੇ ਜਿਹੜੇ ਹਰ ਕਾਲਜ ਹਰ ਯੂਨੀਵਰਸਿਟੀ ਦੇ ਵਿੱਚ ਐਕਸੈਪਟ ਹੁੰਦੇ ਆ ਜੇ ਉਹਨਾਂ ਦੀ ਪਾਲਿਸੀ ਹੈਗੀ ਹੈ। ਸੋ ਅਲਟੀਮੇਟਲੀ ਐਂਡ ਕੰਕਲੂਜਨ ਇਹ ਕਿ ਜਿਵੇਂ ਅਸ਼ਵਿੰਦਰ ਨੇ ਵੀਜ਼ਾ ਲਿਆ 2015 ਪਾਸ ਆਊਟ ਤੋਂ ਬਾਅਦ, PTE ਕਰਕੇ ਵੀਜ਼ਾ ਲਿਆ, ਤੁਸੀਂ ਵੀ PTE ਕਰਕੇ ਕੈਨੇਡਾ ਜਾਣਾ ਚਾਹੁੰਦੇ ਹੋ, ਆਪਣੇ ਡਾਕੂਮੈਂਟ ਚੱਕੋ, ਆਪਣਾ PTE ਦਾ ਲੌਗਇਨ ID ਪਾਸਵਰਡ ਨਾਲ ਲੈ ਕੇ ਆਓ, ਕੈਨੇਡਾ PTE 'ਤੇ ਵੀਜ਼ਾ ਦਿੰਦਾ ਹੈ। ਸ਼ੁਕਰੀਆ ਜੀ, ਧੰਨਵਾਦ।